ਘਰ ਦੇ ਬਾਹਰ ਖੜੀ ਇੱਕ ਬਜ਼ੁਰਗ ਔਰਤ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਦੱਸ ਦਈਏ ਕਿ ਸਨੈਚਿੰਗ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਸਨੈਚਰਾਂ ਦੇ ਵੱਲੋਂ ਇਸ ਬਜ਼ੁਰਗ ਔਰਤ ਨੂੰ ਗੱਲਾਂ ਦੇ ਵਿੱਚ ਉਲਝਾਇਆ ਗਿਆ ਅਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਮੌਕਾ ਮਿਲਿਆ ਤਾਂ ਇਹ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ। ਹਾਲਾਂਕਿ ਦੋਵੇਂ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਅਤੇ ਇੱਕ ਬਦਮਾਸ਼ ਕਾਫੀ ਦੂਰ ਖੜਾ ਸੀ ਬਾਈਕ 'ਤੇ ਅਤੇ ਦੂਸਰਾ ਜਦੋਂ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਸਦੇ ਗਲ ਦੇ ਵਿੱਚੋਂ ਚੈਨ ਖਿੱਚ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਜ਼ੀਰਕਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਚੈਨ ਸਨੈਚਿੰਗ ਹੋਈ ਹੈ। ਪਰੰਤੂ ਤੁਹਾਨੂੰ ਦੱਸ ਦਈਏ ਕਿ ਇੱਥੇ ਸਨੈਚਰਾਂ ਦੇ ਨਾਲ ਬੇਹੱਦ ਮਾੜੀ ਵੀ ਹੋਈ ਹੈ ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਚੈਨ ਨੂੰ ਖਿੱਚਿਆ ਗਿਆ ਤਾਂ ਇਹਨਾਂ ਨੂੰ ਲੱਗਿਆ ਕਿ ਇਹ ਸੋਨੇ ਦੀ ਚੈਨ ਹੈ। ਪਰ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਦੇ ਗਲ ਦੇ ਵਿੱਚ ਆਰਟੀਫਿਸ਼ੀਅਲ ਚੈਨ ਪਾਈ ਹੋਈ ਸੀ ਜੋ ਕਿ ਇਹ ਸਨੈਚਰ ਲੈ ਕੇ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਜ਼ੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਪਹਿਲਾਂ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਪਰ ਗਨੀਮਤ ਰਹੀ ਹੈ ਕਿ ਇਹ ਓਰੀਜਨਲ ਸੋਨੇ ਦੀ ਚੈਨ ਨਹੀਂ ਸੀ, ਇਹ ਇੱਕ ਆਰਟੀਫਿਸ਼ੀਅਲ ਚੈਨ ਦੱਸੀ ਜਾ ਰਹੀ ਹੈ ਜਿਸ ਨੂੰ ਸਨੈਚਰ ਖੋ ਕੇ ਫਰਾਰ ਹੋਏ ਨੇ। ਘਰ ਦੇ ਬਾਹਰ ਖੜੀ ਇੱਕ ਬਜ਼ੁਰਗ ਔਰਤ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਦੱਸ ਦਈਏ ਕਿ ਸਨੈਚਿੰਗ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਸਨੈਚਰਾਂ ਦੇ ਵੱਲੋਂ ਇਸ ਬਜ਼ੁਰਗ ਔਰਤ ਨੂੰ ਗੱਲਾਂ ਦੇ ਵਿੱਚ ਉਲਝਾਇਆ ਗਿਆ ਅਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਮੌਕਾ ਮਿਲਿਆ ਤਾਂ ਇਹ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ। ਹਾਲਾਂਕਿ ਦੋਵੇਂ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਅਤੇ ਇੱਕ ਬਦਮਾਸ਼ ਕਾਫੀ ਦੂਰ ਖੜਾ ਸੀ ਬਾਈਕ 'ਤੇ ਅਤੇ ਦੂਸਰਾ ਜਦੋਂ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਸਦੇ ਗਲ ਦੇ ਵਿੱਚੋਂ ਚੈਨ ਖਿੱਚ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਜ਼ੀਰਕਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਚੈਨ ਸਨੈਚਿੰਗ ਹੋਈ ਹੈ। ਪਰੰਤੂ ਤੁਹਾਨੂੰ ਦੱਸ ਦਈਏ ਕਿ ਇੱਥੇ ਸਨੈਚਰਾਂ ਦੇ ਨਾਲ ਬੇਹੱਦ ਮਾੜੀ ਵੀ ਹੋਈ ਹੈ ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਚੈਨ ਨੂੰ ਖਿੱਚਿਆ ਗਿਆ ਤਾਂ ਇਹਨਾਂ ਨੂੰ ਲੱਗਿਆ ਕਿ ਇਹ ਸੋਨੇ ਦੀ ਚੈਨ ਹੈ। ਪਰ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਦੇ ਗਲ ਦੇ ਵਿੱਚ ਆਰਟੀਫਿਸ਼ੀਅਲ ਚੈਨ ਪਾਈ ਹੋਈ ਸੀ ਜੋ ਕਿ ਇਹ ਸਨੈਚਰ ਲੈ ਕੇ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਜ਼ੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਪਹਿਲਾਂ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਪਰ ਗਨੀਮਤ ਰਹੀ ਹੈ ਕਿ ਇਹ ਓਰੀਜਨਲ ਸੋਨੇ ਦੀ ਚੈਨ ਨਹੀਂ ਸੀ, ਇਹ ਇੱਕ ਆਰਟੀਫਿਸ਼ੀਅਲ ਚੈਨ ਦੱਸੀ ਜਾ ਰਹੀ ਹੈ ਜਿਸ ਨੂੰ ਸਨੈਚਰ ਖੋ ਕੇ ਫਰਾਰ ਹੋਏ ਨੇ। ਘਰ ਦੇ ਬਾਹਰ ਖੜੀ ਇੱਕ ਬਜ਼ੁਰਗ ਔਰਤ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਦੱਸ ਦਈਏ ਕਿ ਸਨੈਚਿੰਗ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਸਨੈਚਰਾਂ ਦੇ ਵੱਲੋਂ ਇਸ ਬਜ਼ੁਰਗ ਔਰਤ ਨੂੰ ਗੱਲਾਂ ਦੇ ਵਿੱਚ ਉਲਝਾਇਆ ਗਿਆ ਅਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਮੌਕਾ ਮਿਲਿਆ ਤਾਂ ਇਹ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ। ਹਾਲਾਂਕਿ ਦੋਵੇਂ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਅਤੇ ਇੱਕ ਬਦਮਾਸ਼ ਕਾਫੀ ਦੂਰ ਖੜਾ ਸੀ ਬਾਈਕ 'ਤੇ ਅਤੇ ਦੂਸਰਾ ਜਦੋਂ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਸਦੇ ਗਲ ਦੇ ਵਿੱਚੋਂ ਚੈਨ ਖਿੱਚ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਜ਼ੀਰਕਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਚੈਨ ਸਨੈਚਿੰਗ ਹੋਈ ਹੈ। ਪਰੰਤੂ ਤੁਹਾਨੂੰ ਦੱਸ ਦਈਏ ਕਿ ਇੱਥੇ ਸਨੈਚਰਾਂ ਦੇ ਨਾਲ ਬੇਹੱਦ ਮਾੜੀ ਵੀ ਹੋਈ ਹੈ ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਚੈਨ ਨੂੰ ਖਿੱਚਿਆ ਗਿਆ ਤਾਂ ਇਹਨਾਂ ਨੂੰ ਲੱਗਿਆ ਕਿ ਇਹ ਸੋਨੇ ਦੀ ਚੈਨ ਹੈ। ਪਰ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਦੇ ਗਲ ਦੇ ਵਿੱਚ ਆਰਟੀਫਿਸ਼ੀਅਲ ਚੈਨ ਪਾਈ ਹੋਈ ਸੀ ਜੋ ਕਿ ਇਹ ਸਨੈਚਰ ਲੈ ਕੇ
ਫਰਾਰ ਹੋਏ ਨੇ। ਤਾਂ ਦੱਸਦੀ ਹੈ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬਜ਼ੁਰਗ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਪਹਿਲਾਂ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਪਰ ਗਨੀਮਤ ਰਹੀ ਹੈ ਕਿ ਇਹ ਓਰੀਜਨਲ ਸੋਨੇ ਦੀ ਚੈਨ ਨਹੀਂ ਸੀ, ਇਹ ਇੱਕ ਆਰਟੀਫਿਸ਼ੀਅਲ ਚੈਨ ਦੱਸੀ ਜਾ ਰਹੀ ਹੈ, ਜਿਸ ਨੂੰ ਸਨੈਚਰ ਖੋ ਕੇ ਫਰਾਰ ਹੋਏ ਨੇ। ਘਰ ਦੇ ਬਾਹਰ ਖੜੀ ਇੱਕ ਬਜ਼ੁਰਗ ਔਰਤ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਦੱਸਦੀ ਹੈ ਕਿ ਸਨੈਚਿੰਗ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਸਨੈਚਰਾਂ ਦੇ ਵੱਲੋਂ ਇਸ ਬਜ਼ੁਰਗ ਔਰਤ ਨੂੰ ਗੱਲਾਂ ਦੇ ਵਿੱਚ ਉਲਝਾਇਆ ਗਿਆ ਅਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਮੌਕਾ ਮਿਲਿਆ ਤਾਂ ਇਹ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ। ਹਾਲਾਂਕਿ ਦੋਵੇਂ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਅਤੇ ਇੱਕ ਬਦਮਾਸ਼ ਕਾਫੀ ਦੂਰ ਖੜਾ ਸੀ ਬਾਈਕ 'ਤੇ ਅਤੇ ਦੂਸਰਾ ਜਦੋਂ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਸਦੇ ਗਲ ਦੇ ਵਿੱਚੋਂ ਚੈਨ ਖਿੱਚ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਜ਼ੀਰਕਪੁਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਦਿਨ ਦਿਹਾੜੇ ਚੈਨ ਸਨੈਚਿੰਗ ਹੋਈ ਹੈ। ਪਰੰਤੂ ਤੁਹਾਨੂੰ ਦੱਸ ਦਈਏ ਕਿ ਇੱਥੇ ਸਨੈਚਰਾਂ ਦੇ ਨਾਲ ਬੇਹੱਦ ਮਾੜੀ ਵੀ ਹੋਈ ਹੈ, ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਇਸ ਚੈਨ ਨੂੰ ਖਿੱਚਿਆ ਗਿਆ ਤਾਂ ਇਹਨਾਂ ਨੂੰ ਲੱਗਿਆ ਕਿ ਇਹ ਸੋਨੇ ਦੀ ਚੈਨ ਹੈ। ਪਰ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਦੇ ਗਲ ਦੇ ਵਿੱਚ ਆਰਟੀਫਿਸ਼ੀਅਲ ਚੈਨ ਪਾਈ ਹੋਈ ਸੀ, ਜੋ ਕਿ ਇਹ ਸਨੈਚਰ ਲੈ ਕੇ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬਜ਼ੁਰਗ ਦੇ ਗਲ ਦੇ ਵਿੱਚੋਂ ਚੈਨ ਖਿੱਚੀ ਗਈ ਹੈ। ਪਹਿਲਾਂ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਪਰ ਗਨੀਮਤ ਰਹੀ ਹੈ ਕਿ ਇਹ ਓਰੀਜਨਲ ਸੋਨੇ ਦੀ ਚੈਨ ਨਹੀਂ ਸੀ, ਇਹ ਇੱਕ ਆਰਟੀਫਿਸ਼ੀਅਲ ਚੈਨ ਦੱਸੀ ਜਾ ਰਹੀ ਹੈ, ਜਿਸ ਨੂੰ ਸਨੈਚਰ ਖੋ ਕੇ ਫਰਾਰ ਹੋਏ ਨੇ।